ਕੀ ਤੁਸੀਂ ਲੱਭ ਰਹੇ ਹੋ ਇੱਕ ਇਹੋ ਜਿਹੀ ਕਾਰ ਜਿਹੜੀ ਕਿ ਬਹੁਤ ਪਾਵਰਫੁਲ ਪਲੱਸ ਲੋਅ ਮੇਨਟੇਨੈਂਸ ਦੇ ਨਾਲ ਆਉਂਦੀ ਹੋਵੇ ਤੇ ਸੇਫਟੀ ਫੀਚਰ ਸਭ ਤੋਂ ਜ਼ਿਆਦਾ ਲੈ ਕੇ ਆਵੇ, ਫੈਮਿਲੀ ਦੀ ਇੱਕ ਪਰਫੈਕਟ ਚੋਇਸ ਬਣੇ, ਤਾਂ ਉਹ ਹੈਗੀ ਹੈ ਕੰਪੈਕਟ SUV ਟਾਟਾ ਨੈਕਸੋਨ। ਇੰਡੀਆ ਦੀ ਮੋਸਟ ਸੈਲਿੰਗ ਕੰਪੈਕਟ SUV ਟਾਟਾ ਨੈਕਸੋਨ XMA ਤੁਹਾਡੀ ਫੈਮਿਲੀ ਦੇ ਲਈ ਵਿੱਚ ਆਉਂਦਾ ਹੈ ਮੋਰ ਪਾਵਰ, ਮੋਰ ਗ੍ਰਿਪ ਐਂਡ ਮੋਰ ਐਡਵਾਂਸ ਬ੍ਰੇਕਿੰਗ ਸਿਸਟਮ। ਸ਼ੁਰੂ ਕਰਦੇ ਇਹਦੇ ਫਰੰਟ ਪ੍ਰੋਫਾਈਲ ਤੋਂ, ਇਹਦੀ ਫਰੰਟ ਪ੍ਰੋਫਾਈਲ ਦੀ ਗੱਲ ਕੀਤੀ ਜਾਵੇ ਤਾਂ ਇਹਦਾ ਤੁਸੀਂ ਜੇ ਟਾਟਾ ਦਾ ਲੋਗੋ ਦੇਖਦੇ ਹੋ ਤਾਂ ਮੇਰੇ ਹੱਥ ਜਿੱਡਾ ਹੀ ਵੱਡਾ, ਅਤੇ ਨਾਲ ਦੀ ਨਾਲ ਇਹਦੀ ਜਿਹੜੀ ਗਰਿੱਲ ਹੈ ਉਹ ਬਲੈਕ ਪਿਆਨੋ ਫਿਨਿਸ਼ਿੰਗ ਦੇ ਵਿੱਚ ਆਉਂਦੀ ਹੈ। ਉਸ ਤੋਂ ਬਾਅਦ ਅਗਰ ਆਪਾਂ ਗੱਲ ਕਰੀਏ ਹੈੱਡ ਲਾਈਟਸ ਦੀ, ਇਹਦੇ ਵਿੱਚ ਪ੍ਰੋਜੈਕਟਰ ਲਾਈਟਸ ਆਉਂਦੇ ਆ ਪਲੱਸ DRLs ਆਉਂਦੇ ਆ। ਜਿਹੜੇ ਇਹਦੇ ਇੰਡੀਕੇਟਰਸ ਹੈ ਉਹ ਹੈਲੋਜੀਨਸ ਆਉਂਦੇ ਆ, ਅਤੇ ਇਹ ਪ੍ਰੋਜੈਕਟਰਸ ਲੈਦੇ ਲਵਾਏ ਗਏ, ਨਾਲ ਨਹੀਂ ਆਉਂਦੇ। ਇਹਦੇ ਵਿੱਚ ਬਹੁਤ ਘੱਟ ਕਰੋਮ ਫਿਨਿਸ਼ਿੰਗ ਦਿੱਤੀ ਜਾਂਦੀ ਹੈ, ਗ੍ਰਿਲ ਦੇ ਨੀਚੇ ਕਰੋਮ ਫਿਨਿਸ਼ਿੰਗ ਆਉਂਦੀ ਹੈ, ਇਹਦੇ ਜਿਹੜਾ ਲੋਗੋ ਉਹਦੇ ਉੱਪਰ ਕਰੋਮ ਫਿਨਿਸ਼ਿੰਗ ਆਉਂਦੀ ਹੈ। ਆਫਟਰ ਡੈਟ ਇਹ ਜਿਹੜਾ ਨੀਚੇ ਹੈ ਇਹ ਵੀ ਆਫਟਰ ਮਾਰਕੀਟ ਅਸੀਂ ਲਵਾਇਆ ਹੋਇਆ, ਇਹਦੇ ਨਾਲ ਨਹੀਂ ਆਉਂਦੀ। ਟਾਟਾ ਨੈਕਸਨ ਚੱਲਦਾ ਹੈ 1.2 liter ਟਰਬੋ ਚਾਰਜ ਇੰਜਨ ਵਿਦ 118 BHP ਐਂਡ 170 ਟੌਰਕ। ਹੁਣ ਆਪਾਂ ਗੱਲ ਕਰਦੇ ਹਾਂ ਸਾਈਡ ਪ੍ਰੋਫਾਈਲ ਦੀ, ਬਟ ਸਾਈਡ ਪ੍ਰੋਫਾਈਲ ਤੋਂ ਜਾਣ ਤੋਂ ਪਹਿਲਾਂ ਆਪਾਂ ਗੱਲ ਕਰ ਲੈਂਦੇ ਹਾਂ ਇਹਦੇ ਟਾਇਰਸ ਦੀ। ਇਹਦੇ ਟਾਇਰਸ ਹੈਗੇ 195 ਨੰਬਰ, 16 ਇੰਚ। ਇਹ ਜਿਹੜਾ ਵੇਰੀਐਂਟ ਹੈ ਇਹਦੇ ਅੰਦਰ ਆਪਾਂ ਨੂੰ ਸਿਰਫ ਵੀਲ ਕਵਰਸ ਮਿਲਦੇ ਆ, ਨਾ ਕਿ ਲੋਏ ਵੀਲਸ ਮਿਲਦੇ ਆਪਾਂ ਨੂੰ ਟੋਪ ਐਂਡ ਵੇਰੀਐਂਟ ਦੇ ਵਿੱਚ। ਅਤੇ ਅਗਰ ਆਪਾਂ ਹੁਣ ਗੱਲ ਕਰ ਲਈ ਜਾਵੇ ਇਹਦੇ ਸਾਈਡ ਮਿਰਰ ਦੀ, ਸਾਈਡ ਮਿਰਰ ਦੇ ਵਿੱਚ ਆਪਾਂ ਨੂੰ ਸਿਰਫ ਇੰਡੀਕੇਟਰਸ ਮਿਲਦੇ ਆ, ਨਾ ਕੋਈ ਕੈਮਰਾ ਮਿਲਦਾ ਨਾ ਕੁਛ ਹੋਰ, ਠੀਕ ਹੈ ਜੀ। ਫਿਰ ਉਸ ਤੋਂ ਬਾਅਦ ਆਪਾਂ ਗੱਲ ਕਰਦੇ ਹੈਂਡਲਸ, ਹੈਂਡਲ ਦੇ ਉੱਪਰ ਆਪਾਂ ਨੂੰ ਮੈਟ ਫਿਨਿਸ਼ਿੰਗ ਮਿਲਦੀ ਹੈ, ਇਹਦੇ ਵਿੱਚ ਪਿਆਨੋ ਫਿਨਿਸ਼ਿੰਗ ਨਹੀਂ ਆਉਂਦੀ। ਪਰ ਰੂਫ ਰੇਲਸ ਦੀ ਗੱਲ ਕਰ ਲਈਏ ਤਾਂ ਇਹ ਇੱਕ ਸਿਰਫ ਡਮੀ ਹੈ, ਇੱਕ ਮਤਲਬ ਕਿ ਸ਼ੋਅ ਵਾਸਤੇ, ਇਹਦੇ ਉੱਪਰ ਆਪਾਂ ਕੋਈ ਵੇਟ ਨਹੀਂ ਪਾ ਸਕਦੇ, ਇਹ ਸਿਰਫ ਡਮੀ ਹੈ ਤੁਸੀਂ ਲਾ ਕੇ ਚਲੋ। ਐਂਡ ਉਸ ਤੋਂ ਬਾਅਦ ਆਪਾਂ ਗੱਲ ਕਰ ਲਈਏ ਤਾਂ ਇੱਥੇ ਮੈਟ ਬਲੈਕ ਫਿਨਿਸ਼ਿੰਗ ਆਉਂਦੀ ਹੈ, ਇੱਕ ਚੰਗੀ ਲੁੱਕ ਦੇਣ ਵਾਸਤੇ, ਇੱਕ ਅਗਰੈਸਿਵ ਲੁੱਕ ਦੇਣ ਵਾਸਤੇ। ਅਗਰ ਆਪਾਂ ਇਹਦੇ ਬੈਕ ਪ੍ਰੋਫਾਈਲ ਦੀ ਗੱਲ ਕਰੀਏ ਤਾਂ ਆਪਾਂ ਨੂੰ ਬੈਕ ਪ੍ਰੋਫਾਈਲ ਦੇ ਵਿੱਚ ਪਿਆਨੋ ਬਲੈਕ ਫਿਨਿਸ਼ਿੰਗ ਆਉਂਦੀ ਹੈ ਵਿਦ ਨੈਕਸਨ ਦੀ ਬ੍ਰਾਂਡਿੰਗ ਐਂਡ ਟਾਟਾ ਦੇ ਲੋਗੋ। ਅਗਰ ਆਪਾਂ ਉਹਦੇ ਨੀਚੇ ਗੱਲ ਕਰੀਏ ਤਾਂ ਆਪਾਂ ਨੂੰ 2 ਪਾਰਕਿੰਗ ਸੈਂਸਰ ਮਿਲ ਜਾਂਦੇ ਆ, ਰਿਵਰਸ ਪਾਰਕਿੰਗ ਸੈਂਸਰ, ਐਂਡ ਨਾਲ ਦੀ ਨਾਲ ਇਹਦੇ ਪਿੱਛੇ ਰੀਅਰ ਵਾਈਪਰ ਨਹੀਂ ਆਉਂਦਾ, ਨਾ ਰੀਅਰ ਡਿਫੋਗਰ ਆਉਂਦਾ। ਆਫਟਰ ਡੈਟ ਅਗਰ ਆਪਾਂ ਗੱਲ ਕਰੀਏ ਇਹਦੀ ਬੈਕ ਲਾਈਟ ਦੀ, ਤਾਂ ਇਹਦੇ ਵਿੱਚ ਆਪਾਂ ਨੂੰ ਟੇਨ ਲੈਂਸ ਪਲੱਸ ਹੈਲੋਜਨ ਬਲਬਸ ਮਿਲ ਜਾਂਦੇ ਨੇ। ਉਹ ਤੋਂ ਬਾਅਦ ਇੱਕ ਰਿਫਲੈਕਟਰ ਮਿਲਦਾ ਨੀਚੇ। ਦੈਨ ਅਗਰ ਆਪਾਂ ਇਹਦੇ ਬੂਟ ਓਪਨ ਦੀ ਗੱਲ ਕਰੀ ਤਾਂ ਆਪਦੇ ਤਾਂ ਇੱਥੇ ਪੈਸੇ ਬਟਨ ਨਹੀਂ ਮਿਲਦਾ, ਆਪਾਂ ਨੂੰ ਕੀ ਦੇ ਨਾਲ ਇਹ ਓਪਨ ਕਰਨੇ ਪੈਂਦੇ ਨੇ, ਲੌਂਗ ਪ੍ਰੈਸ ਕਰਨਾ ਪੈਂਦਾ ਸੈਂਟਰ ਵਾਲੇ ਬਟਨ ਨੂੰ। ਇਸ ਦੇ ਵਿੱਚ ਆਪਾਂ ਨੂੰ 350 liter ਦਾ ਬੂਟ ਸਪੇਸ ਮਿਲ ਜਾਂਦਾ, ਪਲੱਸ 4 ਹੁੱਕਸ ਮਿਲ ਜਾਂਦੇ ਜਿਹਦੇ ਉੱਪਰ ਆਪਾਂ 3 kg ਕੈਰੀ ਕਰ ਸਕਦੇ ਹਾਂ ਪਰ ਹੁੱਕ ਦੇ ਉੱਪਰ। ਦੈਨ ਉਸ ਤੋਂ ਬਾਅਦ ਆਪਾਂ ਨੂੰ ਇੱਕ ਇੱਥੇ ਹੈਂਡਲ ਮਿਲ ਜਾਂਦਾ ਡਿੱਗੀ ਨੂੰ ਬੰਦ ਕਰਨ ਵਾਸਤੇ। ਹੁਣ ਬਹਿੰਦੇ ਆਪਾਂ ਕਾਰ ਦੇ ਅੰਦਰ ਤੇ ਦੇਖਦੇ ਹੈਗੀ ਕਿਵੇਂ ਦੀ ਆ। ਪਹਿਲੀ ਗੱਲ, ਇਹਦੇ ਜਿਹੜੇ ਡੋਰਸ ਆ ਉਹ 90 degrees ਓਪਨ ਹੁੰਦੇ ਆ। ਇਹਦੀ ਡਰਾਈਵਰ ਸਾਈਡ ਵਿੰਡੋ ਦੇ ਆਪਾਂ ਨੂੰ ਵਿੰਡੋਜ਼ ਦੇ ਪੂਰੇ ਪਾਵਰ ਕੀ ਮਿਲ ਜਾਂਦੀ ਹੈ, ਲੋਕ ਅਨਲੋਕ ਕਰਨ ਦਾ ਬਟਨ ਇਹ ਹੈ। ਅਤੇ ਉਸ ਤੋਂ ਬਾਅਦ ਅਗਰ ਆਪਾਂ ਗੱਲ ਕੀ ਕਰ ਲਈ ਜਾਵੇ ਤਾਂ ਇਹਦੇ ਅਗਰ ਆਪਾਂ ਨੂੰ ਅਮਰੇਲਾ ਰੱਖਣ ਦੀ ਵੀ ਸਪੇਸ ਮਿਲੀ ਹੈ, ਅਤੇ ਨਾਲ 1 liter ਦੀ ਆਪਾਂ ਬੋਟਲ ਸਟੋਰ ਕਰ ਸਕਦੇ ਹਾਂ। ਇਹਦੇ 'ਚ ਆਪਾਂ ਨੂੰ ਇੱਕ ਬਹੁਤ ਹੀ ਘੈਂਟ ਸਟੇਅਰਿੰਗ ਮਿਲ ਜਾਂਦਾ, 3-spoke ਸਟੇਅਰਿੰਗ ਇਹਨੂੰ ਕਹਿੰਦੇ, ਅਤੇ ਡੀ ਸ਼ੇਪ ਦੇ ਵਿੱਚ ਆਉਂਦਾ ਸਟੇਅਰਿੰਗ, ਕਿਉਂਕਿ ਇਹਦੇ ਇੱਥੇ ਦੇਖੋ ਫਲੈਟ ਆ ਬਿਲਕੁਲ, ਅਤੇ ਉੱਪਰੋਂ ਇੱਕ ਪੂਰਾ ਡੀ ਬਣਦਾ। ਦੈਨ ਆਫਟਰ ਡੈਟ ਇਹਦੇ ਵਿੱਚ ਆਪਾਂ ਨੂੰ ਇੱਕ ਡਿਜੀਟਲ ਕਲਸਟਰ ਮਿਲ ਜਾਂਦਾ ਜਿਹੜਾ ਕਿ ਬਹੁਤ ਹੀ ਘੈਂਟ ਲੱਗਦਾ ਦੇਖਣ ਦੇ ਵਿੱਚ। ਦੈਨ ਉਸ ਤੋਂ ਬਾਅਦ ਇਹਦੇ ਅੰਦਰ ਮੈਨੂਅਲ ਸਟੇਅਰਿੰਗ ਐਡਜਸਟਰ ਹੈਗਾ ਆਪਣੇ ਕੋਲ, ਅਤੇ ਲੈਫਟ ਐਂਡ ਰਾਈਟ ਸਾਈਡ ਦੇ ਆਪਾਂ ਨੂੰ ਕੰਟਰੋਲਸ ਮਿਲ ਜਾਂਦੇ, ਰਾਈਟ ਹੈਂਡ ਸਾਈਡ ਦੇ ਆਪਾਂ ਨੂੰ ਲਾਈਟ ਕੰਟਰੋਲ ਮਿਲ ਜਾਂਦੇ, ਅਤੇ ਲੈਫਟ ਐਂਡ ਸਾਈਡ ਵਾਈਪਰ ਕੰਟਰੋਲ ਮਿਲ ਜਾਂਦੇ। ਅਗਰ ਆਪਾਂ ਗੱਲ ਕਰੀਏ ਜੀ ਡੈਸ਼ਬੋਰਡ ਦੀ, ਡੈਸ਼ਬੋਰਡ ਆਪਾਂ ਨੂੰ 2 tone ਦੇ ਵਿੱਚ ਮਿਲ ਜਾਂਦਾ, ਅਤੇ ਉਹ ਤੋਂ ਬਾਅਦ ਅਗਰ ਇਹਦੀ ਗੱਲ ਕਰੀਏ ਇਹਦੇ ਵਿੱਚ ਇੱਕ ਸਿੰਪਲ ਸਫਿਸਟੀਕੇਟਿਡ
ਮਿਊਜ਼ਿਕ ਸਿਸਟਮ ਮਿਲਦਾ ਹੈ। ਅਗਰ ਤੁਸੀਂ ਇਹਦੇ ਵਿੱਚ ਸਕਰੀਨ ਲਗਵਾਉਣੀ ਹੈ ਤਾਂ ਉਹ ਤੁਸੀਂ ਅਪਗ੍ਰੇਡ ਕਰਵਾ ਸਕਦੇ ਹੋ ਇਸ ਵੇਰੀਐਂਟ ਦੇ ਵਿੱਚ, ਬਟ ਤੁਹਾਨੂੰ ਇੱਕ ਸਿੰਪਲ ਅਤੇ ਸਪੈਸੀਫਿਕ ਮਿਊਜ਼ਿਕ ਕੰਟਰੋਲਰ ਮਿਲਦੇ ਹੈ। ਤਾਂ ਉਸ ਤੋਂ ਬਾਅਦ ਅਗਰ ਗੱਲ ਕੀਤੀ ਜਾਵੇ ਤਾਂ ਨੀਚੇ ਕੁਛ ਸਵਿਚਿਜ਼ ਹੈ ਮਿਊਜ਼ਿਕ ਨੂੰ ਅੱਗੇ ਪਿੱਛੇ ਕਰਨ ਵਾਸਤੇ, ਵੋਲਿਊਮ ਵਧਾਉਣ ਵਾਸਤੇ, ਵੋਲਿਊਮ ਘਟਾਉਣ ਵਾਸਤੇ। ਦੈਨ ਅਗਰ ਆਪਾਂ ਉਸ ਤੋਂ ਨੀਚੇ ਗੱਲ ਕਰ ਲਈ ਜਾਵੇ ਤਾਂ ਨੀਚੇ ਨੂੰ ਆਪਾਂ ਨੂੰ ਏਸੀ ਕੰਟਰੋਲਰ ਮਿਲ ਜਾਂਦੇ ਹੈ। ਦੈਨ ਉਸ ਤੋਂ ਬਾਅਦ ਆਪਾਂ ਨੂੰ ਡਮੀ ਸਵਿਚਿਜ਼ ਮਿਲ ਜਾਂਦੇ ਆ, ਬਟ ਇਹਦੇ ਨਾਲ ਹੀ ਆਪਾਂ ਨੂੰ ਇੱਥੇ ਇਲੈਕਟ੍ਰੋਨਿਕ ਬੂਟ ਦਾ ਮਿਲਦਾ ਵੀ ਇੱਥੇ ਆਪਾਂ ਨੂੰ ਬਸ ਪ੍ਰੈਸ ਕਰਨਾ ਤਾਂ ਪਿੱਛੋਂ ਬੂਟ ਓਪਨ ਹੋ ਜੂਗਾ। ਦੈਨ ਉਸ ਤੋਂ ਬਾਅਦ ਆਪਾਂ ਨੂੰ ਗੇਅਰ ਸ਼ਿਫਟਰ ਮਿਲਦਾ, ਆਟੋਮੈਟਿਕ ਪਲੱਸ ਮੈਨੂਅਲ। ਦੈਨ ਉਸ ਤੋਂ ਬਾਅਦ ਆਪਾਂ ਨੂੰ ਕੁਛ ਮੋਡਸ ਮਿਲ ਜਾਂਦੇ, ਸਿਟੀ ਮੋਡ, ਈਕੋ ਮੋਡ ਐਂਡ ਸਪੋਰਟ ਮੋਡ। ਦੈਨ ਉਸ ਤੋਂ ਬਾਅਦ ਆਪਾਂ ਨੂੰ ਹੈਂਡ ਬ੍ਰੇਕ ਮਿਲਦੀ ਹੈ ਸਾਈਡ 'ਤੇ। ਦੈਨ ਇੱਥੇ ਸਟੋਰੇਜ ਆਪਾਂ ਰੱਖ ਸਕਦੇ, ਇੱਥੇ ਪਿੱਛੇ ਕੱਪ ਹੋਲਡਰ ਆਪਾਂ ਰੱਖ ਸਕਦੇ ਹਾਂ, ਠੀਕ ਹੈ। ਅਗਰ ਇਸ ਤੋਂ ਬਾਅਦ ਆਪਾਂ ਗੱਲ ਕਰ ਲਈ ਜਾਵੇ ਸਿਟਿੰਗ ਦੀ, ਤਾਂ ਸਿਟਿੰਗ ਸੱਚੀ ਦੱਸ ਰਿਹਾ ਬਹੁਤ ਕੰਫਰਟੇਬਲ ਹੈ, ਤੁਸੀਂ ਕਿਤੇ ਵੀ ਜਾ ਸਕਦੇ ਹੋ 5 ਬੰਦੇ ਨਾਲ ਜਾ ਕੇ। ਇਹਦੇ ਵਿੱਚ ਆਪਾਂ ਨੂੰ ਸਟੋਰੇਜ ਬਾਕਸ ਮਿਲ ਜਾਂਦਾ ਜਿਹਦਾ ਬਟਨ ਇਹ ਹੈ। ਦੈਨ ਉਸ ਤੋਂ ਬਾਅਦ ਅਗਰ ਆਪਾਂ ਕੁਛ ਖਾਣਾ ਪੀਣਾ ਹੈ, ਦੈਨ ਆਪਾਂ 2 ਕੱਪ ਉੱਥੇ ਰੱਖ ਸਕਦੇ, ਮਤਲਬ ਕਿ ਪੂਰੀ ਟਰੇਜ ਹੀ ਬਣ ਜਾਂਦੀ ਆਪਣੇ ਖਾਣ ਵਾਸਤੇ। ਬਹੁਤ ਘੈਂਟ ਚੀਜ਼ ਲੱਗੀ ਮੈਨੂੰ ਇਹ ਗੱਡੀ ਦੇ ਵਿੱਚ। ਇੱਥੇ ਆਪਾਂ ਨੂੰ ਇੱਕ ਮਾਈਕ ਦਾ ਆਪਸ਼ਨ ਮਿਲ ਜਾਂਦੇ, ਦੈਨ ਉਸ ਤੋਂ ਬਾਅਦ ਸਨਗਲਾਸਿਸ ਰੱਖਣ ਦੀ ਸਟੋਰੇਜ ਮਿਲ ਜਾਂਦੀ ਹੈ ਇੱਥੇ ਆਪਾਂ ਨੂੰ। ਦੈਨ ਉਸ ਤੋਂ ਬਾਅਦ ਆਪਾਂ ਨੂੰ ਕੁਛ ਕੰਟਰੋਲਸ ਮਿਲਦੇ ਨੇ ਲਾਈਟ ਦੇ, ਜਿਹੜੇ ਕਿ ਆਪਾਂ ਡੋਰ ਦੇ ਨਾਲ ਕਰ ਸਕਦੇ ਹਾਂ ਜਾਂ ਫਿਰ ਆਪਣੇ ਮੈਨੂਅਲ ਜਿਵੇਂ ਵੀ ਤੁਸੀਂ ਚਲਾਉਣਾ ਉਸ ਤਰ੍ਹਾਂ ਮਿਲ ਜਾਂਦੇ ਆ। ਮੇਰੀ ਹਾਈਟ 5'10" ਹੈ, ਤਾਂ ਜਿਹੜੀ ਡਰਾਈਵਰ ਸੀਟ ਉਹਦੇ ਹਿਸਾਬ ਨਾਲ ਐਡਜਸਟੇਬਲ ਹੈ। ਤਾਂ ਤੁਸੀਂ ਦੇਖ ਸਕਦੇ ਹੋ ਨੀਫ ਦਾ ਕਿੰਨਾ ਜ਼ਿਆਦਾ ਸਪੇਸ ਇਹਦੇ ਵਿੱਚ ਆਉਂਦਾ, ਦੈਨ ਹੈਡ ਸਪੇਸ ਕਿੰਨਾ ਜ਼ਿਆਦਾ ਹੈਗਾ। ਤਾਂ ਮਤਲਬ ਕਿ ਬਹੁਤ ਅੱਛੀ ਮਤਲਬ ਕਿ ਬੈਕ ਸਪੇਸ ਮਿਲਦੀ ਹੈ, ਪਿੱਛੇ 3 ਜਣੇ ਆਰਾਮ ਨਾਲ ਬਹਿ ਕੇ ਕਿਤੇ ਵੀ ਲੌਂਗ ਡਰਾਈਵ ਦੇ ਵਿੱਚ ਜਾ ਸਕਦੇ ਆ। ਦੈਨ ਇਹ ਜਿਹੜਾ ਵੇਰੀਐਂਟ ਹੈ ਇਹਦੇ ਵਿੱਚ ਆਪਾਂ ਨੂੰ ਇੱਥੇ ਏਸੀ ਵੈਂਟਸ ਨਹੀਂ ਮਿਲਦੇ, ਬਟ ਇੱਥੇ ਇੱਕ ਹੋਰ ਐਕਸਟਰਾ ਚੀਜ਼ ਮਿਲ ਗਈ ਆਪਾਂ ਨੂੰ, ਸਪੇਸ ਮਿਲ ਗਈ, ਕੋਈ ਜੀ ਫੋਨ ਰੱਖਣਾ ਆਪਾਂ ਉਹ ਰੱਖ ਸਕਦੇ ਹਾਂ। ਅਤੇ ਜਿਹੜਾ ਟੋਪ ਐਂਡ ਵੇਰੀਐਂਟ ਆਉਂਦਾ ਉਹਦੇ ਅੰਦਰ ਪਿੱਛੇ 12 volt ਦਾ ਚਾਰਜਿੰਗ ਪੋਰਟ ਵੀ ਆਉਂਦਾ, ਇਹਦੇ ਵਿੱਚ ਨਹੀਂ ਮਿਲਿਆ ਹੋਇਆ। ਅਗਰ ਤੁਸੀਂ ਸੈਕਿੰਡ ਹੈਂਡ ਕਾਰ ਦੇਖ ਰਹੇ ਹੋ ਤਾਂ ਤੁਸੀਂ vahanshop.com ਤੋਂ ਵੀ ਲੈ ਸਕਦੇ ਹੋ। ਕਿਵੇਂ ਦੀ ਲੱਗੀ ਹੈ ਕਾਰ ਕਮੈਂਟ ਬਾਕਸ 'ਚ ਜ਼ਰੂਰ ਦੱਸਿਓ। ਅਗਰ ਇਹ ਵੀਡੀਓ ਪਸੰਦ ਆਈ ਹੈ ਤਾਂ ਲਾਈਕ ਸ਼ੇਅਰ ਵੀ ਜ਼ਰੂਰ ਕਰਿਓ ਐਂਡ ਡੂ ਨਾਟ ਫੋਰਗੈਟ ਟੂ ਸਬਸਕ੍ਰਾਈਬ। ਮਿਲਦੇ ਹਾਂ ਨੈਕਸਟ ਵੀਡੀਓ 'ਚ। ਬਾਏ।